ਅੱਜ ਸਤਿਗੁਰੂ ਧੰਨ ਗੁਰੂ ਅਮਰਦਾਸ ਸਿੰਘ ਪਾਤਸ਼ਾਹ ਨੇ ਪੁੱਛਿਆ, ਮੇਰਾ ਨਾਮ ਵੀ ਪੁੱਛਿਆ। ਕਹਿੰਦੇ ਮੇਰਾ ਨਾਮ ਪੁੱਛਿਆ ਵੀ ਕੀ ਨਾਮ ਹੈ ਤੇਰਾ, ਤੇ ਮੈਨੂੰ ਇਹ ਵੀ ਪੁੱਛਿਆ ਵੀ ਕੰਮ ਕੀ ਕਰਨਾ ਹੈ। ਤੇ ਸਤਿਗੁਰਾਂ ਨੇ ਮੈਨੂੰ ਪੁੱਛਿਆ ਤੇ ਮੈਂ ਉਹ ਜਵਾਬ ਦਿੱਤਾ ਵੀ ਮੇਰਾ ਨਾਮ ਭਾਈ ਜੇਠਾ, ਸਤਿਗੁਰੂ ਮੈਂ ਘੁੰਗੜੀਆਂ ਵੇਚ ਕੇ ਗੁਜ਼ਾਰਾ ਕਰਾਂ। ਫਿਰ ਸਤਿਗੁਰਾਂ ਨੇ ਇਹ ਵੀ ਆਖਿਆ, ਪੁੱਛਿਆ ਮੈਨੂੰ ਵੀ ਕਿੰਨੇ ਟਕੇ ਬਣੇ ਨੇ ਤੈਨੂੰ, ਘੁੰਗੜੀਆਂ ਵੇਚੀਆਂ ਨੇ ਕਿੰਨੇ ਟਕੇ ਬਣੇ ਨੇ। ਤੇ ਮੈਂ ਕਿਹਾ ਮਹਾਰਾਜ 5-7 ਟਕੇ ਬਣੇ ਨੇ। ਤੇ ਸਤਿਗੁਰਾਂ ਨੇ ਕਿਹਾ ਵੀ ਪਾ ਦੇ ਲੰਗਰਾਂ ਵਿੱਚ। ਨਾਨੀ ਜੀ, ਸਤਿਗੁਰਾਂ ਨੇ ਕਿਹਾ ਵੀ ਲੰਗਰਾਂ ਵਿੱਚ ਪਾ ਦੇ। ਤੇ ਮੈਂ ਮਹਾਰਾਜ ਦਾ ਵਚਨ ਮੰਨ ਕੇ 5-7 ਟਕੇ ਬਣੇ ਮੈਂ ਲੰਗਰਾਂ 'ਚ ਪਾਇਆ। ਕਹਿੰਦੇ ਠੀਕ ਕੀਤਾ, ਮੈਂ ਠੀਕ ਕੀਤਾ ਹੈ। ਤੇ ਨਾਨੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਹਿੰਦੀ, ਪੁੱਤਰ ਸਤਿਗੁਰੂ ਹੋਰ ਬਰਕਤਾਂ ਪਾਉਣਗੇ, ਸਤਿਗੁਰੂ ਹੋਰ ਵਾਧਾ ਕਰਨਗੇ, ਹੋਰ ਕਿਰਪਾ ਕਰਨਗੇ। ਖਾਓ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਜਿਹਦੇ 'ਤੇ ਨਜ਼ਰ ਕਰ ਦੇਣ ਫਿਰ ਕੰਮ ਘੱਟਦਾ ਨਹੀਂ, ਉਹਦਾ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਸਤਿਗੁਰੂ ਇਸੇ ਬਖਸ਼ਿਸ਼ ਕਰ ਦਿੰਦੇ। ਉਹ ਕਹਿੰਦੇ ਹੋਰ ਵਾਧਾ ਕਰਨਗੇ, ਮਾਰ ਬਰਕਤਾਂ ਪਾਉਣਗੇ। ਅਤੇ ਕਹਿੰਦੇ ਦੂਜੇ ਦਿਨ ਫਿਰ ਇੱਦਾਂ ਹੀ ਉਹ ਟੋਕਰਾ, ਛਾਬਾ ਜਿਹਨੂੰ ਕਹਿੰਦੇ ਨੇ, ਛਾਬਾ ਟੋਕਰਾ ਕਹਿੰਦੇ, ਜਿਹਦੇ ਵਿੱਚ ਭੁੱਜੇ ਉਹ ਛੋਲੇ ਘੁੰਗੜੀਆਂ ਵੇਚ ਕੇ ਇੱਦਾਂ ਫਿਰ ਸਿਰ 'ਤੇ ਰੱਖ ਕੇ ਕਹਿੰਦੇ ਜਿਹੜੀ ਜਗ੍ਹਾ 'ਤੇ ਬਹਿ ਕੇ ਵੇਚਦੇ ਸੀ ਫਿਰ ਵੇਚਣ ਲੱਗ ਪਏ, ਫਿਰ ਘੁੰਗੜੀਆਂ ਵੇਚਣ ਲੱਗ ਪਏ। ਕਹਿੰਦੇ ਫਿਰ ਸ਼ਾਮ ਹੋਈ, ਫਿਰ ਸੰਧਿਆ ਦਾ ਸਮਾਂ ਹੋ ਗਿਆ। ਭਾਈ ਜੇਠਾ ਜੀ ਕਹਿੰਦੇ ਫਿਰ ਗਏ ਮਹਾਰਾਜ ਦੇ ਕੋਲ। ਜਦੋਂ ਗਏ ਨੇ ਮਹਾਰਾਜ ਨੇ ਉਦੋਂ ਵੀ ਆਖਿਆ, ਵੇਖੋ ਸਤਿਗੁਰ ਗਰੀਬ ਨੂੰ ਵੀ ਪਰਖਦਾ ਹੈ ਨਾ, ਇੱਥੇ ਤਾਂ ਬੜੀਆਂ ਵੱਡੀਆਂ ਕਸੌਟੀਆਂ ਲੱਗਦੀਆਂ ਨੇ, ਬੜੇ ਬੜੇ ਪਰਚੇ ਬਣੇ ਪਈਆਂ ਨੇ। ਮੈਂ ਬੇਨਤੀ ਕੀਤੀ ਤੁਹਾਡੇ ਪਹਿਲਾਂ ਚਰਨਾਂ ਵਿੱਚ ਕਿ ਕੋਈ ਕੋਈ ਚੱਲ ਸਕਦਾ ਇਸ ਕਸੌਟੀ ਨੂੰ। ਭਗਤ ਕਬੀਰ ਸਿੰਘ ਮਹਾਰਾਜ ਕਹਿੰਦੇ ਨੇ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰਜੀ ਵਾ। ਕੋਈ ਕੋਈ ਚੱਲ ਸਕਦਾ ਸਤਿਗੁਰਾਂ ਨੇ। ਕਹਿੰਦੇ ਫਿਰ ਕਿਆ, ਕਹਿੰਦੇ ਪਾ ਦੇ ਲੰਗਰਾਂ ਵਿੱਚ, ਅੱਜ ਕੀ ਖੱਟਿਆ, ਅੱਜ ਕਿੰਨੇ ਟਕੇ ਬਣੇ ਨੇ ਤੈਨੂੰ, ਕਿੰਨੇ ਟਕੇ ਬਣੇ ਨੇ, ਜਿੰਨੇ ਟਕੇ ਬਣੇ ਸੀ ਉਹ ਵੀ ਫਿਰ ਵਚਨ ਮੰਨਿਆ, ਸਤ ਵਚਨ ਆਖ ਕੇ ਉਹ ਜਿਹੜੇ ਟਕੇ ਬਣੇ ਸੀ ਲੰਗਰਾਂ ਵਿੱਚ ਪਾ ਕੇ। ਤੇ ਮਹਾਰਾਜ ਨੇ ਵੇਖਿਆ ਸਤਿਗੁਰੂ ਪ੍ਰਸੰਨ ਹੋ ਗਏ, ਬੜੇ ਖੁਸ਼ ਹੋਏ, ਪ੍ਰਸੰਨ ਹੋਏ ਨੇ। ਤੇ ਕਹਿੰਦੇ ਭਾਈ ਜੇਠੇ ਜੀ ਨੂੰ ਆਪਣੀ ਗਲਵੱਕੜੀ 'ਚ ਲੈ ਲਿਆ, ਬੁੱਕਲ 'ਚ ਲੈ ਲਿਆ, ਆਪਣੀ ਗਲਵੱਕੜੀ 'ਚ ਲੈ ਲਿਆ। ਵੇਖੋ ਕਹਿੰਦੇ ਭਾਈ ਜੇਠਾ ਜੀ ਨੂੰ ਲੋਕੀ ਯਤੀਮ ਕਹਿੰਦੇ ਸੀ, ਯਤੀਮ ਅਨਾਥ ਕਹਿੰਦੇ ਸੀ, ਅਨਾਥ। ਪਰ ਉਹੀ ਯਤੀਮ, ਉਹੀ ਅਨਾਥ ਜਿਹਨੂੰ ਸਤਿਗੁਰੂ ਜੀ ਨੇ ਆਪਣੇ ਗਲ ਨਾਲ ਲਾਇਆ, ਕਿਰਪਾ ਕੀਤੀ, ਵੇਖੋ ਬਖਸ਼ਿਸ਼ ਕਰ ਦਿੱਤੀ, ਗਲ ਨਾਲ ਲਾਇਆ ਮਹਾਰਾਜ ਨੇ ਆਪਣੇ। ਤੇ ਲੋਕੀ ਕੀ ਕਹਿੰਦੇ ਸੀ, ਰੱਜ ਰੱਜ ਕੇ ਅਨਾਥ ਕਹਿਣਾ, ਇਹ ਤੇ ਯਤੀਮ ਹੈ, ਇਹ ਤੇ ਅਨਾਥ ਹੈ। ਪਰ ਵੇਖੋ ਜਰਾ, ਜਿਹਨੂੰ ਕਹਿੰਦੇ ਸੀ ਯਤੀਮ ਲੋਕੀ ਰੱਜ ਕੇ, ਆਵਾਜ਼ ਘਟਾ ਤੋ, ਜਿਹਨੂੰ ਕਹਿੰਦੇ ਸੀ ਯਤੀਮ ਲੋਕੀ ਰੱਜ ਗੁਰਾਨੇ ਗੜ ਨਾਲ ਲਾ ਲਿਆ, ਗੁਰਾਨੇ ਗੜ ਨਾਲ ਲਾ ਲਿਆ,
ਵੇਖਿਆ ਸੀ ਪਰਖ ਕੇ ਐਸੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ ਐਸੀ ਖਿੱਚ ਪਾਈ ਥੋੜੇ ਸਦਨ ਤੋਂ ਸਤਿਗੁਰਾਂ ਦੇ ਦਰਬਾਰ ਵਿੱਚ ਸੇਵਾ ਕਰਦੇ ਨੇ ਰੱਜ ਰੱਜ ਕੇ ਜਿਵੇਂ ਲੋਕ ਅਨਾਜ ਕਹਿੰਦੇ ਸੀ ਨਾ ਰੱਜ ਰੱਜ ਕੇ ਪਰ ਸੇਵਾ ਵੀ ਰੱਜ ਰੱਜ ਕੇ ਕਰਦੇ ਨੇ ਗੱਜ ਕੇ ਆਖੋ ਸਤਨਾਮ ਸਤਿਗੁਰਾਂ ਦੇ ਦਰਬਾਰ ਰੱਜ ਰੱਜ ਕੇ ਸੇਵਾ ਕਰਨੀ ਕਦੇ ਜੂਠੇ ਬਰਤਨਾਂ ਦੀ ਸੇਵਾ ਕਦੇ ਲੰਗਰ ਵਿੱਚ ਰੱਜ ਰੱਜ ਕੇ ਕਰਦੇ ਨੇ ਤੇ ਏਦਾਂ ਕਹਿੰਦੇ ਮਹਾਰਾਜ ਵੇਖ ਕੇ ਬੜੀਆਂ ਅਸੀਸਾਂ ਦਿੰਦੇ ਨੇ ਭਾਈ ਜੇਠਾ ਜੀ ਨੂੰ ਬੜੀਆਂ ਅਸੀਸਾਂ ਤੇ ਕੀ ਕਹਿਣਾ ਮਹਾਰਾਜ ਕਹਿੰਦੇ ਜੇਠਿਆ ਕਹਿੰਦੇ ਜਿਹੜਾ ਆਹ ਛਾਪਾਂ ਤੂੰ ਸਿਰ ਤੇ ਚੁੱਕਿਆ ਨਾ ਜਿਹਦੇ ਵਿੱਚ ਪਹਿਲਾਂ ਘੁੰਗੜੀਆਂ ਵੇਚੀ ਦਿੱਤਾ ਉਹ ਛਾਪਾਂ ਵਿੱਚ ਟੋਕਰੇ ਵਿੱਚ ਪਾ ਕੇ ਕਹਿੰਦੇ ਜਿਹੜਾ ਇਹ ਛਾਪਾਂ ਤੂੰ ਸਿਰ ਤੇ ਚੁੱਕਿਆ ਮਹਾਰਾਜ ਕਹਿੰਦੇ ਇੱਕ ਦਿਨ ਐਸਾ ਸਮਾਂ ਆਏਗਾ ਇੱਕ ਦਿਨ ਐਸਾ ਵੇਲਾ ਆਏਗਾ ਕਹਿੰਦੇ ਇਹ ਛਾਪਾ ਛਤਰ ਬਣ ਕੇ ਸਤਿਗੁਰੂ ਕਹਿੰਦੇ ਤੇਰੇ ਉੱਤੇ ਝੂਲੇ ਦਾ ਗੱਜ ਕੇ ਆਖੋ ਸਮਦਾ ਛਾਪਾ ਛਤਰ ਬਣ ਕੇ ਉੱਤੇ ਝੂਲੇ ਦਾ ਤੇਰੇ ਕਦੋਂ ਜਦੋਂ ਗੁਰਾਂ ਨੇ ਮਿਹਰ ਕੀਤੀ ਜ਼ਿਆਦਾਤਰ ਨਾ ਮਹਾਰਾਜ ਆਪਣੇ ਵੱਡਿਆਂ ਦਾ ਨਾਂ ਲੈਂਦੇ ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਨਾਂ ਲੈਣਾ ਕਹਿੰਦੇ ਉਹਨਾਂ ਨੇ ਜਦੋਂ ਮਿਹਰ ਕੀਤੀ ਨਾ ਇਹ ਛਾਪਾ ਛਤਰ ਬਣ ਕੇ ਤੇਰੇ ਉੱਤੇ ਝੂਲੇਗਾ ਛਾਪਾ ਬਣ ਤੂੰ ਛਤਰ ਤੇਰਾ ਜੱਠਿਆ ਅਸੀਸਾਂ ਦਿੰਦੇ ਨੇ ਫਿਰ ਵਚਨ ਕੀਤਾ ਮਹਾਰਾਜ ਨੇ ਛਾਪਾ ਟੋਕਰਾ ਛਾਪਾ ਬਣ ਤੂੰ ਛਤਰ ਫਿਰ ਸੇਵਾ ਕਰਦਿਆਂ ਕਰਦਿਆਂ ਦੀ ਜਦੋਂ ਫਿਰ ਉਮਰ ਉਹ ਵਿਆਹਣ ਯੋਗ ਹੋ ਗਏ ਦੋ ਚਾਰ ਮਿੰਟ ਸੰਗਤ ਧਿਆਨ ਨਾਲ ਸੁਣ ਧਿਆਨ ਨਾਲ ਜਦੋਂ ਉਮਰ ਭਾਈ ਜੇਠਾ ਜੀ ਕੇ ਵਿਆਹਣ ਯੋਗ ਹੋ ਗਏ ਤੇ ਇੱਧਰ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬੇਟੀ ਬੀਬੀ ਭਾਨੀ ਜੀ ਉਹ ਵੀ ਵਿਆਹਣ ਜੋ ਤੇ ਜੋ ਸਤਿਗੁਰਾਂ ਦੇ ਮਹਿਲ ਸਨ ਨਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਬਰਸਾ ਦੇ ਉਹ ਉਹਨਾਂ ਕਹਿੰਦਾ ਬੇਨਤੀ ਕੀਤੀ ਮਹਾਰਾਜ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਦੇ ਨੇ ਕਹਿੰਦੇ ਸਤਿਗੁਰੂ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਤਾਂ ਜਾਣਦੇ ਹੋ ਆਪਣੀ ਲੜਕੀ ਆਪਣੀ ਬੇਟੀ ਬੀਬੀ ਭਾਨੀ ਹੁਣ ਵਿਆਹਣ ਯੋਗ ਹੈ ਉਹਦੇ ਵਾਸਤੇ ਤੁਸੀਂ ਹੁਣ ਕੋਈ ਚੰਗਾ ਵਾਰ ਵੇਖ ਲਓ ਚੰਗਾ ਵਾਰ ਵੇਖ ਲਓ ਖਾਨਦਾਨ ਚੰਗਾ ਹੋਵੇ ਵੇਖ ਲਓ ਕੋਈ ਵਰ ਵੇਖੋ ਵਿਆਹਣ ਯੋਗ
ਜਦੋਂ ਉਹਨਾਂ ਨੇ ਆਖਿਆ ਤੇ ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪੁੱਛਿਆ ਕਹਿੰਦੇ ਤੁਹਾਨੂੰ ਕਿਹੋ ਜਿਹਾ ਵਰ ਚਾਹੀਦਾ ਦੱਸੋ, ਕਿਸੇ ਵਰ ਦੀ ਤੁਹਾਨੂੰ ਲੋੜ ਹੈ, ਕਿਹੋ ਜਿਹਾ ਵਰ ਚਾਹੀਦਾ ਕਹਿੰਦੇ। ਤੇ ਕਹਿੰਦੇ ਉਸ ਸਮੇਂ ਨਾ ਭਾਈ ਜੇਠਾ ਜੀ ਲੰਗਰ ਵਿੱਚ ਸੇਵਾ ਕਰ ਰਹੇ ਸਨ, ਲੰਗਰ ਵਿੱਚ ਸੇਵਾ ਕਰ ਰਹੇ ਤੇ ਮਾਤਾ ਜੀ ਦੀ ਸਿੱਧੀ ਨਿਗਾਹ ਭਾਈ ਜੇਠਾ ਜੀ ਤੇ ਪੈ ਗਈ। ਕਹਿੰਦੇ ਮਹਾਰਾਜ ਉਹ ਜਿਹੜੇ ਲੰਗਰ ਵਿੱਚ ਸੇਵਾ ਨਹੀਂ ਕਰ ਰਹੇ ਭਾਈ ਜੇਠਾ ਜੀ, ਉਹ ਕਹਿੰਦੇ ਲੰਗਰ ਵਿੱਚ ਭਾਈ ਜੇਠਾ ਜੀ ਸੇਵਾ ਕਰ, ਕਹਿੰਦੇ ਇਹੋ ਜਿਹਾ ਵਰ ਵੇਖ ਲਓ, ਕਹਿੰਦੇ ਇਹੋ ਜਿਹਾ ਵਰ ਵੇਖ ਲਓ। ਮਹਾਰਾਜ ਕਹਿੰਦੇ ਭਾਈ ਜੇਠੇ ਵਰਗਾ? ਕਹਿੰਦੇ ਮਹਾਰਾਜ ਹਾਂਜੀ। ਕਹਿੰਦੇ ਭਾਈ ਭਾਈ ਜੇਠੇ ਵਰਗਾ ਤੇ ਭਾਈ ਜੇਠਾ ਹੀ ਹੈਗਾ ਜੀ, ਕਿ ਆਖੋ ਸਕਦਾ ਉਹਦੇ ਵਰਗਾ ਕੋਈ ਦੂਜਾ ਨਹੀਂ, ਹੋਰ ਕੋਈ ਨਹੀਂ ਹੋ ਸਕਦਾ, ਉਹਦੇ ਵਰਗਾ ਤੇ ਉਹੀ ਹੈ। ਫਿਰ ਉਹਦੇ ਵਰਗਾ ਤੇ ਉਹੀ ਹੈ ਭਾਈ ਜੇਠੇ ਵਰਗਾ, ਭਾਈ ਜੇਠਾ ਹੀ ਹੈ। ਕਹਿੰਦੇ ਸਤਿਗੁਰੂ ਜਾਤ ਪਾਤ? ਮਹਾਰਾਜ ਕਹਿੰਦੇ ਜਾਤ ਪਾਤ ਦੀ ਗੱਲ ਨਹੀਂ, ਜਾਤ ਪਾਤ ਨਾ ਆਦਰੋ ਦਿਆਨ ਪਰਮਿਨਾ। ਕਹਿੰਦੇ ਜਾਤ ਪਾਤ ਦੇ ਖਤਮ ਹੈ, ਇਹਨਾਂ ਦੇ ਸਿਰ ਤੇ ਛਦਰ ਝੁੱਲਣੇ, ਦੁਨੀਆਂ ਨੂੰ ਉਤਾਰਨਾ, ਜਦੋਂ ਦੁਨੀਆਂ ਨੂੰ ਉਤਾਰਨਾ ਛਦਰ ਝੁੱਲਣ।